ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬੰਦੇ ਹਲੇ ਪਹੁੰਚੇ ਨਹੀਂ ਆਪਾਂ ਚੱਲਦੇ ਹਾਂ ਮੰਡੀ ਨੂੰ ਟਰਾਲੀ ਲੈ ਕੇ ਇੱਕ ਟਰਾਲੀ ਚਲੀ ਗਈ ਦੂਜੀ ਲੈ ਕੇ ਚੱਲਦੇ ਹਾਂ ਲਓ ਜੀ ਕਰੋ ਦਰਸ਼ਨ ਚੱਲਦੇ ਹਾਂ ਆਪਾਂ ਮੰਡੀ ਨੂੰ ਟਰੈਕਟਰ ਆਪਾਂ ਬਾਹਰ ਕੱਢ ਲਿਆ ਸੀ ਚੱਲਦੇ ਹਾਂ ਛੱਤੀਸਗੜ੍ਹ ਟੂ ਲੈ ਕੇ ਆ ਕੇ ਇਹਨੇ ਬੇਲਰ ਚਲਾਉਣਾ ਹੈ ਤਾਂ ਹੈ ਇੱਕ ਟਰਾਲੀ ਮਿੱਤਰੋ ਦੇਸ਼ ਭਗਤ ਯੂਨੀਵਰਸਿਟੀ ਕੋਲ ਪਹੁੰਚ ਗਏ ਆਪਾਂ ਅਮਲੋਹ ਨੂੰ ਚੱਲੇ ਹਾਂ ਲਾਤੀ ਅੱਧੀ ਤੇ ਇਹਨੂੰ ਲੱਗਣਾ ਹਾਲੇ ਲਾਉਣ 3002 ਵਾਲੀ ਨੂੰ ਆਹ ਦੁਕਾਨ ਨੰਬਰ ਆਪਣਾ 66 ਨੰਬਰ ਦੁਕਾਨ ਤੇ ਸ੍ਰੀ ਹਰਗੋਬਿੰਦ ਸੈਂਟਰ ਨਵੀਂ ਨਾਲ ਮੰਡੀ ਹੁੰਦੇ ਪੂਰਾ ਰਸ਼ ਪਿਆ ਪਿਆ ਜੀ ਮੰਡੀ ਦੇ ਵਿੱਚ ਇਸ ਟਾਈਮ ਆਜ ਵਾਲੀ ਟਰਾਲੀ ਤਾਂ ਕਰਤੀ ਜੀ ਖਾਲੀ ਉਹਨਾਂ ਨੇ ਦੇਖੋ ਹਾਲੇ ਇਹਨੂੰ ਲਾਇਆ ਨਹੀਂ ਵਾਢਾ ਪਹਿਲਾਂ ਸਵਰਾਜ ਵਾਲੀ ਲਾਉਂਦੇ ਨੇ ਉਹ ਪਹਿਲਾਂ ਦੀ ਆਈ ਵੀ ਉਹਦਾ ਕਰਤੀ ਖਾਲੀ ਅਤੇ ਇਹ ਤੋਂ ਬਾਅਦ ਲੱਗਣਗੇ ਇਹਨੂੰ ਦੁਕਾਨ ਦੇ ਮੂਹਰੇ ਲਵਾ ਲਈਆਂ ਦੋਵੇਂ ਮਤਲਬ ਪਹੁੰਚੇ ਪਿਆ ਜੇ ਇੱਦਾਂ ਨਿਕਲੀ ਆ ਸਾਫ ਸੁੱਕੀ ਪਈ ਆ ਪੂਰੀ ਕੋਈ ਡੱਕਾ ਡੁੱਕਾ ਨਹੀਂ ਵਿੱਚ ਬੋਰੀਆਂ ਪਈਆਂ ਨੇ ਮੰਡੀ 'ਚ ਮਾਲ ਵਾਲੇ ਮੈਨੂੰ ਲੱਗਦਾ ਛੈਲਣ ਵਾਲੇ ਚੱਕ ਨਹੀਂ ਰਹੇ ਖੁੱਲ੍ਹ ਕੇ ਬਹੁਤ ਜ਼ਿਆਦਾ ਸਟੋਕ ਲੱਗਿਆ ਪਿਆ ਦੇਖੋ ਵੱਡੀਆਂ ਵੱਡੀਆਂ ਢਾਂਗਾਂ ਨਹੀਂ ਤਾਂ ਨਾਲ ਆਉਂਦੇ ਚੱਕੀ ਜਾਂਦੇ ਨੇ ਜਿਹੜੀਆਂ ਢਾਂਗਾਂ ਨਹੀਂ ਗਿਣੀਆਂ ਉੱਪਰ ਗਈ ਟਰਾਲੀ ਅਤੇ ਢੇਰੀ ਦੇ ਉੱਤੇ ਜੀ ਕੱਢ ਰਹੇ ਨੇ ਜ਼ੋਰ ਲੱਗਦਾ ਹੈ ਕੱਢ ਦੂਗਾ ਸਵਰਾਜ ਹਲਾ ਹਲਾ ਲੱਗ ਗਏ ਜੀ ਉਤਾਰਨ ਫੁੱਲਣ ਲੱਗ ਗਏ ਆਹ ਦੇਖੋ ਝੋਨਾ ਧੁੱਪਾਂ ਲਵਾਉਣਗੇ ਧੁੱਪਾਂ ਲਵਾ ਕੇ ਭਰਨਗੇ ਕਿਸੇ ਵੀਰ ਦਾ ਹੈਗਾ ਇਹ ਆਹ ਦੇਖੋ ਆਹ ਲਓ ਸਾਰੇ ਜਵਾਨ ਲੱਗੇ ਹੋਏ ਨੇ ਮਾਰੋ ਮਾਰ ਸਭ ਆਪੋ ਆਪਦੀ ਡਿਊਟੀ ਭੁਗਤਾ ਰਹੇ ਨੇ ਕੋਈ ਬੋਰੀਆਂ ਲਿਆਉਂਦਾ ਦੇਖੋ ਕੋਈ ਟਰੱਕ ਲੋਡ ਕਰਦਾ ਆਹ ਦੇਖੋ ਪੂਰੇ ਜ਼ੋਰਾਂ ਨਾਲ ਕੰਮ ਚੱਲਦਾ ਸਵੇਰ ਤੋਂ ਲੈ ਕੇ ਰਾਤ ਦੇ 11-12 ਵੱਜ ਜਾਂਦੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਲੱਗੇ ਰਹਿੰਦੇ ਨੇ ਦੇਖੋ ਚੱਲੇ ਆਪਾਂ ਵਾਪਸ ਰਾਤੀ ਲਾ ਕੇ ਚੱਲੇ ਹਾਂ ਵਾਪਸ ਫੁੱਲ ਭਰੀ ਪਈ ਆ ਦੇਖੋ ਲਾ ਕੇ ਆ ਕੇ ਆਲੂ ਕਰ ਲਏ ਲੋਡ ਅਤੇ ਜਿਹੜੇ ਕੱਲ੍ਹ ਕਰੇ ਨੇ ਖੇਤ ਤਿਆਰ ਉਹਨਾਂ ਦੀ ਕਰਨੀ ਆ ਬਿਜਾਈ ਪਲਾਓ ਮਾਰਿਆ ਦੀ ਜਿਹਨਾਂ ਨੂੰ
ਉਨਾ ਕੁ ਮਾਲ ਆਪਾਂ ਲੱਦ ਲਿਆ ਦੇਖੋ ਵਿੱਚ ਹਰੇ ਖਾਦ ਲੱਦ ਰਹੇ ਨੇ ਜਵਾਨ ਆਪਣੇ ਮੁਲਾਜ਼ਮਾਂ ਦੇਖੋ ਆ ਜਾਂਦਾ ਲਈ ਟੈਂਕ ਵੀ ਭਰਾ ਲਿਆਂਦਾ ਡੀਜ਼ਲ ਦਾ ਪਾ ਲਿਆ ਇਹਦੇ 'ਚੋਂ ਕੱਢ ਕੇ 1000 ਲੀਟਰ ਪਵਾ ਲਿਆਂਦਾ ਸੀਗਾ ਪਰੋ ਗਏ ਜੀ ਦੋਏ ਵੇਲੇ ਰਦੂ ਆ ਜਾਂਦਾ ਅਤੇ ਮੂਹਰੇ ਰੇਹ ਵਾਲੀ ਟਰਾਲੀ ਆਪਣੇ ਬੀ ਵਾਲੀ ਅਤੇ ਰਿੰਕੂ ਬਾਈ ਆ ਜਾ ਰਿਹਾ ਜੀ ਕੱਢ ਰਿਹਾ ਚੱਲੇ ਕੰਮ ਕਾਰ 'ਤੇ ਚੱਲਿਆ ਲੈ ਕੇ ਅਤੇ ਦੂਆ ਅਰਜਨ ਵੀ ਆਉਂਦਾ ਜੀ ਟਰਾਲਾ ਬਾਈਆਂ ਦੇਖੋ ਖਾਲੀ ਕਰਕੇ ਇਕੱਠਾ ਇਹ ਵੀ ਆ ਰਿਹਾ ਅਤੇ ਆਪਾਂ ਚੱਲਦੇ ਹਾਂ ਇਹਨੂੰ ਲੈ ਕੇ 51005 ਨੂੰ ਕਰਚੇ ਵੱਢਣ ਜੀ ਬੰਦੇ ਆਪਣੇ ਰੇਹ ਖਾਦ ਫਰਾਰਨ ਆ ਦੇਖੋ ਜੋ ਫਰਾਰਨ ਆ ਫਲਾਰਨਗੇ ਖੇਤ ਤਿਆਰ ਕਰਦੇ ਹਾਂ ਜੀ ਮਿੱਤਰੋ ਕਰਚੇ ਵੱਢਦੇ ਹਾਂ ਜੀ ਆਪਾਂ ਦੇਖੋ ਰੀਪਰ ਚੱਲਦਾ ਜਿਹੜਾ ਰਾਤ ਝੋਨਾ ਵੱਢਿਆ ਉਹਦੇ ਕਰਚੇ ਵੱਢਾ ਲੱਗੇ ਹੋਏ ਆ ਇੰਨਾ ਕੁ ਵੱਜ ਗਿਆ ਜੀ ਕਟਰ 'ਤੇ ਥੋੜ੍ਹਾ ਜਿਹਾ ਰਹਿ ਗਿਆ ਬਸ ਮਾਰਦੇ ਹਾਂ ਮੂਹਰਿਓਂ ਫੂਸ ਲੱਗਿਆ ਤੀ ਸਾਫ਼ ਕਰਨ ਲੱਗ ਗਏ ਤੀ ਉੜ ਉੜ ਕੇ ਪਈ ਜਾਂਦਾ ਟਰੈਕਟਰ ਦੇ ਅਤੇ ਕਰਦੇ ਹਾਂ ਮਾਰ ਕੇ ਚੱਲਦੇ ਹਾਂ ਉੱਧਰ ਨੂੰ ਇਹ ਪਲਾਟ ਤਾਂ ਸਮਝ ਲਓ ਨਿਬੜੇ ਗਿਆ ਸਾਰੇ ਐਂ ਕਿਆ ਰਹੇ ਨੇ ਛੋਟੇ ਲੋਟ 4 ਆਪਾਂ ਸਿੱਧਾ ਹੀ ਟਪਾਈ ਜਾਂਦੇ ਹਾਂ ਬਾਅਦ 'ਚ ਵੱਟਾਂ ਦੇ ਉੱਤੇ ਗੇੜਾ ਲਾ ਦਾਂਗੇ ਅਤੇ ਓਕੇ ਰਿਪੋਰਟ ਬਾਕੀ ਉੱਧਰ ਲੱਗੇ ਹੋਏ ਸੀਗੇ ਰੂਟਾਵੀਟਰ ਵੀ ਚੱਲਦਾ ਆਲੂ ਵਾਲੇ ਉਹਦੇ 'ਚ ਅਤੇ ਆਪਣਾ ਰੇਹ ਖਾਦ ਵੀ ਖਿਲਾਰ ਰਹੇ ਨੇ ਜਿਹੜੇ ਦੂਆ ਲੁੱਟ ਪੈਣਾ ਪਾਊਡਰ ਮਿੱਤਰੋ ਇਹਦਾ ਤਾਂ ਵੱਢੇ ਗਏ ਜੀ ਕਰਚੇ ਅਤੇ ਮੁਲਾਜ਼ਮ ਵੀ ਆ ਗਏ ਰੇਹ ਪਾ ਕੇ ਦੇਖੋ ਲਵਾ ਲਵਾ ਸਾਫ਼ ਕਰਨ ਲੱਗੇ ਹੋਏ ਨੇ ਆਹ ਦੇਖੋ ਆਹ ਲਵਾ ਲਵਾ ਜਿਹੜਾ ਆ ਵੀ ਆ ਗਿਆ ਦੋ ਬੜੇ ਬੈਠੇ ਨੇ ਨਿਬੜ ਗਿਆ ਜੀ ਚੱਲਦੇ ਆ ਦੂਏ ਪਲਾਟ 'ਚ ਚੱਲ ਬਸ ਦੂਏ ਪਲਾਟ 'ਚ ਬਗਲ ਜਿਹਾ ਘੇਰਾ ਹਾਂ ਵੀ ਪੰਜ ਸੱਤ ਦਿਨ ਵੱਢੀ ਜਾਊਗਾ ਝੋਨਾ ਇੱਥੇ ਦੇ ਪਲਾਟ ਹੈ 7 ਕੁ ਵਿਘੇ ਜਗ੍ਹਾ ਜਿਹ 'ਚ ਗੁਆਂਢੀਆਂ ਨੇ ਪਾਣੀ ਪਾਇਆ ਸੀ ਫਿਰ ਰਾਤ ਕੱਟ ਲਿਆ ਆਪਾਂ ਨੇ ਇੰਨੇ ਚੱਕਰਾਂ 'ਤੇ ਚੱਲਦਾ ਇਹ ਪਹਿਲੇ ਜੇ ਜਾਣ ਕੇ ਲੱਗਿਆ ਵੱਢਣ ਇੱਕ ਤਾਂ ਤਰੇਲ ਨਹੀਂ ਹੈਗੀ ਹੁਣ ਕਰਦੇ ਹਾਂ ਅਤੇ ਇੱਕ ਸੁੱਕ ਛੇਤੀ ਜਾਣਗੇ ਜਾਣੇ ਸ਼ਾਮ ਸਵੇਰੇ ਵੱਢਦੇ ਹਾਂ ਨਾਲ ਤਰੇਲ ਚਿਪਟ ਜਾਂਦੀ ਆ ਵਿੱਚ ਅਤੇ ਫਿਰ ਸੁੱਕਦੇ ਨਹੀਂ ਹੈਗੇ ਕਰਜੇ ਹਰੇ ਰਹਿੰਦੇ ਨੇ ਅਤੇ ਪਰਾਲੀ ਦਾ ਮੋਚਰ ਬਹੁਤ ਆਉਂਦਾ ਉਹਦੇ ਕਰਕੇ ਦੁਪਹਿਰੇ ਜੇ ਲੱਗਿਆ ਵੱਢਣ ਵੀ ਨਾਲ ਹੁੰਦੇ ਖੁਸ਼ਕ ਹੋ ਜਾਣਗੇ ਆਪਾਂ ਨੇ ਚੱਲਦੇ ਹਾਂ ਵੱਡੇ ਗਏ ਕਰਜੇ ਚੱਲਦੇ ਹਾਂ ਮੌਕੇ ਦੀ ਰਿਪੋਰਟ ਇਹ ਵੀ ਨਿਬੜ ਗਿਆ ਕੰਮ ਕਾਰ ਆਪਣਾ ਮਿੱਤਰੋ ਵਿਸ਼ਾਲ ਚੱਲਦੀ ਹੈ ਕੰਮ ਆਪਣੇ ਕੋਲ ਜ਼ਿਆਦਾ ਹੋ ਗਿਆ ਸੀ ਅਤੇ ਫਿਰ ਗਾਹਕ ਕਾਹਨੂੰ ਭਜਾਉਣੇ ਨੇ ਅਤੇ ਆਪਾਂ ਨੇ ਯਾਰਾਂ ਮਿੱਤਰਾਂ ਦੀ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਕੰਬਾਈਨ ਆਪਾਂ 20 ਮਾਡਲ ਵੇਚੀ ਤੀ ਉਹ ਵੀਰਾਂ ਨੂੰ ਫੋਨ ਕਰਤਾ ਉਹਨਾਂ ਦੇ ਹਲੇ ਏਰੀਆ ਚੱਲਿਆ ਨਹੀਂ ਪਹਿਲਾਂ ਉਹਨਾਂ ਨੇ ਪ੍ਰੀਤ ਭੇਜੀ ਤੀ ਪ੍ਰੀਤ ਦੀਆਂ ਟੁੱਟ ਗਈਆਂ ਕਰੈਂਕਾਂ ਪਰਸੋਂ ਫਿਰ ਉਹਨਾਂ ਨੇ ਕੱਲ੍ਹ ਭੇਜ ਤੀ ਵਿਸ਼ਾਲ ਚੱਲਦੀ ਆ ਠੀਕ ਠਾਕ ਵਧੀਆ ਓਕੇ ਆ ਰਿਪੋਰਟ ਦੇਖੋ ਚੱਲ ਰਹੀ ਆ ਇਹਦਾ ਪਹਿਲਾ ਸੀਜ਼ਨ ਆ ਇਸ ਬਾਰੇ ਵੀਰ ਹੋਣੀ ਨਵੀਂ ਲੈ ਕੇ ਆਏ ਨੇ ਵਧੀਆ ਚੱਲਦੀ ਆ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਲਵੇ ਜਾ ਕੇ ਦਾਣੇ ਦੂਣੇ ਕਿੱਦਾਂ ਕੱਢਦੀ ਆ ਕਿਹੋ ਜਿਹੇ ਨੇ ਕੀ ਗੱਲਬਾਤ ਆ ਅਤੇ ਮਨਾ ਬਾਈ ਖੜ੍ਹਾ ਉਹ ਟਰਾਲੀ 'ਤੇ ਦੇਖੋ ਆਹ ਦੇ ਆਹ ਦੇ ਆਹ ਖੜ੍ਹਾ ਮਿੱਤਰੋ ਕੱਢਣ ਲੱਗਿਆ ਵੀਰ ਦਾਣੇ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦੇ ਸਫਾਈ ਸਫੂਈ ਆ ਆਪਾਂ ਕਦੇ ਨਾ ਚੱਲਦੀ ਦੇਖੀ ਆ ਪਹਿਲਾਂ ਵਿਸ਼ਾਲ ਪਹਿਲੀ ਵਾਰੀ ਦੇਖ ਰਹੇ ਹਾਂ
ਤਿੰਨ ਕੰਮ ਬੀਜ ਲਓ ਉਹਨਾਂ ਦੇ ਵਿਸ਼ਾਲ ਦੇ ਮੈਨੂੰ ਵਧੀਆ ਲੱਗੇ ਨੇ ਕਹਿੰਦਾ ਉੱਪਰ ਕੋ ਦੇਖੋ ਕਿੰਨਾ देखो ये टच वाला सिस्टम आ गया तो रेस वाला लीवर दिता चक ये तो रेस वादी घटती है जिहड़ा तुसी मोड़ लाउणा जो भी लाउणा आ लगे हुए ने फंक्शन दिखाउणे आ थोनू इंजन दे कराउणे आ दर्शन लो जी एदां इंजन है लेकिन आ जूड़ी वाली टैंकी है जी 133 HP का रूटावेटर 56